ਸਤਿ ਸ਼੍ਰੀ ਅਕਾਲ ਵਿਦਿਆਰਥੀਓ, ਮੈਂ ਤੁਹਾਡੀ ਆਪਣੀ ਟੀਚਰ ਜਸਪ੍ਰੀਤ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਆਪਣੀ ਵੀਡੀਓ ਜਿਹੜੀ ਮੈਂ ਬਣਾਈ ਸੀ ਉਹਦੇ ਵਿੱਚ ਪੰਜਾਬੀ CBSE ਕਲਾਸ 10th ਦੇ ਬਲੂ ਪ੍ਰਿੰਟ ਬਾਰੇ ਗੱਲ ਕੀਤੀ ਸੀ। ਅਤੇ ਮੈਂ ਉਸ ਟਾਈਮ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਸ ਤੋਂ ਬਾਅਦ ਮੈਂ ਪੰਜਾਬੀ ਦੇ ਸਿਲੇਬਸ, ਖਾਸ ਕਰਕੇ 2019 ਵਿੱਚ ਜਿਹੜੀਆਂ ਚੇਂਜਸ ਆਈਆਂ ਉਹਦੇ ਰਿਲੇਟਡ ਇੱਕ ਵੀਡੀਓ ਬਣਾ ਕੇ ਨਵੀਂ ਵੀਡੀਓ ਬਣਾਵਾਂਗੀ। ਸੋ ਪੇਸ਼ ਹੈ ਉਹ ਵੀਡੀਓ। ਅੱਜ ਮੈਂ ਤੁਹਾਨੂੰ ਪੰਜਾਬੀ ਕਲਾਸ 10th CBSE ਦੇ ਸਿਲੇਬਸ ਦੇ ਬਾਰੇ ਜਾਣਕਾਰੀ ਦੇਵਾਂਗੀ। ਤੁਹਾਨੂੰ ਕਿ ਜਿਵੇਂ ਪਤਾ ਹੈ ਕਿ ਸਾਹਿਤ ਕਿਰਨਾ ਭਾਗ 2 ਅਤੇ ਸਾਹਿਤਿਕ ਰੰਗ ਭਾਗ 2 ਕਿਤਾਬਾਂ ਨੇ ਸਾਡੇ ਸਿਲੇਬਸ ਦੇ ਵਿੱਚ, ਲਿਟਰੇਚਰ ਭਾਗ ਦੇ ਵਿੱਚ। ਸੋ ਜਿਹੜੀਆਂ ਕਵਿਤਾਵਾਂ ਵਿਦਿਆਰਥੀਓ, ਕਾਵਿ ਰਚਨਾਵਾਂ ਵਿੱਚ ਗੌੜੀ ਬਰਾਗਣ ਮਹੱਲਾ ਗੁਰੂ ਅਮਰਦਾਸ ਜੀ ਦੀ ਰਚਨਾ ਜਿਹੜੀ ਹੈਗੀ ਹੈ, ਗੌੜੀ ਬਰਾਗਣ ਮਹੱਲਾ 3 ਗੁਰੂ ਅਮਰਦਾਸ ਜੀ ਦੀ ਰਚਨਾ ਹੈ। ਇਹ ਪਿਛਲੇ ਸਾਲ ਵੀ ਸਿਲੇਬਸ ਦੇ ਵਿੱਚ ਸੀ ਅਤੇ ਇਸ ਵਾਰ ਫਿਰ ਤੋਂ ਇਹ ਸਿਲੇਬਸ ਵਿੱਚ ਹੈ। ਉਸ ਤੋਂ ਬਾਅਦ ਹੈ ਗੁੰਮਨੇ ਰਸੋਈ ਵਿੱਚੋਂ ਕਸ਼ਮੀਰ ਨੀਰ ਦੀ ਕਵਿਤਾ ਹੈ, ਸੇਮ ਇਹ ਵੀ ਉਸੇ ਪ੍ਰਕਾਰ ਹੀ ਰਹੇਗੀ। ਗੁਰੂ ਉਪਦੇਸ਼ ਪਵਨ ਹਰਚੰਦਪੁਰੀ ਦੀ ਰਚਨਾ ਹੈ ਜੀ, ਅਤੇ ਮਾਣ ਪੰਜਾਬੀ ਕਵਿਤਾ ਕੁਲਵੰਤ ਸਿੰਘ ਰਫੀਕ ਦੀ ਹੈ। ਅਤੇ ਇਹ 4 ਕਵਿਤਾਵਾਂ ਨੇ, ਇਹਨਾਂ ਵਿੱਚੋਂ ਜਿਹੜੀਆਂ ਪਹਿਲਾਂ ਕਵਿਤਾਵਾਂ ਜ਼ਿਆਦਾ ਸੀ ਹੁਣ ਉਹਨਾਂ ਵਿੱਚੋਂ ਕੱਟ ਕਰਕੇ ਰੁੱਖਾ ਵਜੋਂ ਧਰਤੀ ਕਵਿਤਾ ਜਿਹੜੀ ਹੈਗੀ ਹੈ ਡਿਲੀਟ ਹੋ ਚੁੱਕੀ ਹੈ, ਤਾਂ ਤੁਹਾਡੇ ਸਿਲੇਬਸ ਵਿੱਚ ਸਿਰਫ ਹੁਣ 4 ਕਵਿਤਾਵਾਂ ਰਹਿ ਗਈਆਂ ਨੇ। ਉਸ ਤੋਂ ਬਾਅਦ ਗੱਲ ਕਰੀਏ ਜੇ ਆਪਾਂ ਵਾਰਤਕ ਦੀ, ਤਾਂ ਆਦਤਾਂ ਵਾਰਤਕ ਰਜਿੰਦਰ ਸਿੰਘ ਦੀ ਰਚਨਾ ਹੈ, ਅਤੇ ਉਸ ਤੋਂ ਬਾਅਦ ਹੈਂਕੜ ਅਤੇ ਹੋਮੇ ਦੀ ਮਾਰ ਡਾਕਟਰ ਹਰਸ਼ਿੰਦਰ ਕੌਰ ਦੀ ਰਚਨਾ। ਤੀਸਰੇ ਨੰਬਰ 'ਤੇ ਹੈ ਜੀ ਪੱਛੋਂ ਦੀਆਂ ਪਹਿਣਕਣੀਆਂ। ਇਹ ਵਿਦਿਆਰਥੀਓ ਚੰਗੀ ਤਰ੍ਹਾਂ ਨੋਟ ਕਰ ਲਿਓ, ਕਿਉਂਕਿ ਇਸ ਵਾਰ ਇਹ ਜਿਹੜਾ ਹੈ ਨਵਾਂ ਸਿਲੇਬਸ ਦੇ ਵਿੱਚ ਐਡ ਹੋਇਆ ਹੈ। ਜੇ ਤੁਸੀਂ ਕਿਸੇ ਪੁਰਾਣੇ ਵਿਦਿਆਰਥੀ ਤੋਂ ਕਿਤਾਬਾਂ ਲਈਆਂ ਨੇ NCERT ਦੀਆਂ ਕਿਤਾਬਾਂ, ਹੋ ਸਕਦਾ ਉਹਨਾਂ ਵਿੱਚ ਇਹ ਲੈਸਨ ਨਾ ਵੀ ਹੋਵੇ, ਤਾਂ ਤੁਸੀਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਕਿ ਪੱਛੋਂ ਦੀਆਂ ਪਹਿਣਕਣੀਆਂ ਜਿਹੜੀਆਂ ਹੈ ਸਿਲੇਬਸ ਦੇ ਵਿੱਚ ਹੋਣਾ ਇਸ ਵਾਰ ਨਵਾਂ ਐਡ ਹੋਇਆ ਹੈ। ਪਹਿਲਾਂ ਵੀ ਹੁੰਦਾ ਸੀ ਪਰ ਪਿਛਲੇ ਸਾਲ ਇਹ ਚੈਪਟਰ ਸੀਗਾ ਜਿਹੜਾ ਉਹ ਡਿਲੀਟ ਹੋ ਗਿਆ ਸੀ, ਤਾਂ ਇਸ ਵਾਰ ਦੁਬਾਰਾ ਇਸ ਨੂੰ ਐਡ ਕਰ ਦਿੱਤਾ ਗਿਆ। ਉਸ ਤੋਂ ਬਾਅਦ 4 ਨੰਬਰ 'ਤੇ ਹੈ ਜੀ ਪੰਜਾਬ ਦੇ ਲੋਕ ਗੀਤ, ਤਜਿੰਦਰ ਕੌਰ ਦੀ ਰਚਨਾ। ਅਤੇ 5ਵੇਂ ਨੰਬਰ 'ਤੇ ਹੈ ਕਲਾਤਮਕ ਰੁਚੀਆਂ ਪ੍ਰਕਿਰਤੀ ਤੇ ਪਹਿਚਾਣ, ਡਾਕਟਰ ਦਵਿੰਦਰ ਸੈਫੀ, ਇਹਨਾਂ ਦੀ ਲਿਖੀ ਹੋਈ ਹੈ। ਅਤੇ 5 ਵਾਰਤਕ ਨੇ ਜਿਹੜੇ ਤੁਹਾਡੇ ਸਿਲੇਬਸ ਵਿੱਚ ਨੇ। ਇਸ ਤੋਂ ਬਾਅਦ ਗੱਲ ਕਰੀਏ ਸਾਹਿਤਕ ਰੰਗ ਬੁੱਕ ਦੀ। ਸਾਹਿਤਕ ਰੰਗ ਭਾਗ 2 ਦੇ ਵਿੱਚ ਕਹਾਣੀਆਂ, ਇੱਕ ਇਕਾਂਗੀ ਅਤੇ ਜੀਵਨੀਆਂ, ਇਹ ਜਿਹੜੇ ਹੈਗੇ ਨੇ ਪੂਰੇ ਸਿਲੇਬਸ ਦੇ ਵਿੱਚ ਸਾਹਿਤਕ ਰੰਗ ਬੁੱਕ ਦੇ ਵਿੱਚ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਕਹਾਣੀਆਂ ਦੀ, ਤਾਂ ਕਹਾਣੀਆਂ ਤੁਹਾਡੇ ਸਿਲੇਬਸ ਵਿੱਚ 3 ਨੇ। ਸਭ ਤੋਂ ਪਹਿਲਾਂ ਹੈ ਜੀ ਮੈਂ ਕਿਸੇ ਤੋਂ ਘੱਟ ਨਹੀਂ, ਦਰਸ਼ਨ ਸਿੰਘ ਆਸ਼ਟ ਦੀ ਲਿਖੀ ਹੋਈ ਕਹਾਣੀ। ਉਸ ਤੋਂ ਬਾਅਦ ਏਅਰਫੋਨ ਕਹਾਣੀ, ਬਲਵਿੰਦਰ ਸਿੰਘ ਸੋਢੀ ਦੀ ਲਿਖੀ ਹੋਈ ਕਹਾਣੀ ਹੈ। ਉਸ ਤੋਂ ਬਾਅਦ ਦੁਸ਼ਮਣੀ ਕਹਾਣੀ ਹੈ ਜੀ ਬਲਵਿੰਦਰ ਸਿੰਘ ਬਰਾੜ ਦੀ। ਕੁੱਲ ਮਿਲਾ ਕੇ 3 ਕਹਾਣੀਆਂ ਨੇ ਜਿਹੜੀਆਂ ਕਿ ਬਹੁਤ ਸੌਖੀਆਂ ਨੇ। ਉਸ ਤੋਂ ਬਾਅਦ ਇੱਕ ਇਕਾਂਗੀ ਹੈ ਤੁਹਾਡੇ ਸਿਲੇਬਸ ਦੇ ਵਿੱਚ, ਬੇਬੇ ਰਾਮ ਭਜਨੀ ਪ੍ਰੋਫੈਸਰ IC ਨੰਦਾ ਦੁਆਰਾ ਰਚਿਤ ਇਹ ਇਕਾਂਗੀ ਹੈ। ਅਤੇ ਇਸ ਇਕਾਂਗੀ ਵਿੱਚੋਂ ਤੁਹਾਨੂੰ 3 ਨੰਬਰ ਦਾ ਕੁਸ਼ਚਨ, ਜਿਹੜਾ ਵੱਡਾ ਕੁਸ਼ਚਨ ਹੈ ਇਹ ਪੇਪਰ ਦੇ ਵਿੱਚ ਆਉਣਾ ਹੈ, ਤਾਂ ਇਸ ਇਕਾਂਗੀ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ, ਛੋਟੇ ਕੁਸ਼ਚਨ ਵੀ ਇਸ ਇਕਾਂਗੀ 'ਚੋਂ ਜ਼ਰੂਰ ਆਉਣੇ ਨੇ। ਉਸ ਤੋਂ ਬਾਅਦ ਗੱਲ ਕਰੀਏ ਤਾਂ ਜੀਵਨੀ ਦੀ, 3 ਜੀਵਨੀਆਂ, ਬੀਬੀ ਭਾਨੀ ਜੀ ਦੀ ਜੀਵਨੀ, ਉੱਡਣਾ ਸਿੱਖ ਮਿਲਖਾ ਸਿੰਘ ਦੀ ਜੀਵਨੀ ਜਿਹੜੀ ਕਿ ਪ੍ਰਕਾਸ਼ ਸਿੰਘ ਗਿੱਲ ਨੇ ਲਿਖੀ ਹੈ, ਅਣਥਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਦੀ ਜੀਵਨੀ ਜਿਹੜੀ ਕਿ ਪ੍ਰਿਥਵੀ ਰਾਜ ਥਾਪਰ ਦੁਆਰਾ ਲਿਖੀ ਗਈ ਹੈ। ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 4 ਸਾਡੇ ਕੋਲ ਕਵਿਤਾਵਾਂ, ਅਤੇ 5 ਸਾਡੇ ਕੋਲ ਵਾਰਤਕ, 9, ਅਤੇ ਉਸ ਤੋਂ ਬਾਅਦ 3 ਤੁਹਾਡੇ ਕੋਲ ਕਹਾਣੀਆਂ, 12, ਅਤੇ 1 ਤੁਹਾਡੇ ਕੋਲ ਇਕਾਂਗੀ, 13, ਅਤੇ 3 ਤੁਹਾਡੇ ਕੋਲ ਜੀਵਨੀਆਂ, 16 ਕੁੱਲ ਮਿਲਾ ਕੇ ਤੁਹਾਡੇ ਕੋਲ ਜਿਹੜੇ ਚੈਪਟਰ ਨੇ ਉਹ ਇਸ ਵਾਰ ਦੇ ਤੁਹਾਡੇ ਸਿਲੇਬਸ ਦੇ ਵਿੱਚ ਆਉਣਗੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਵਿਆਕਰਨ ਭਾਗ ਦੀ। ਵਿਆਕਰਨ ਭਾਗ ਦੇ ਵਿੱਚ ਤੁਹਾਡੇ ਕੋਲ ਅਣਡਿੱਠਾ ਪੈਰਾ ਕਵਿਤਾ ਦਾ, ਅਤੇ 1 ਵਾਰਤਕ ਦੁਆਰਾ ਅਣਡਿੱਠਾ ਪੈਰਾ ਦਿੱਤਾ ਜਾਊਗਾ। ਅਤੇ ਅਣਡਿੱਠਾ ਪੈਰਾ ਜਿਵੇਂ ਕਿ ਵਿਦਿਆਰਥੀ ਤੁਸੀਂ ਜਾਣਦੇ ਹੋ ਕਿਸੇ ਵੀ ਕਹਿ ਲਓ ਕਿਤਾਬ ਵਿੱਚੋਂ ਕਿਤੋਂ ਵੀ ਆ ਸਕਦਾ, ਤਾਂ ਇਹਦਾ ਕੋਈ ਸਿਲੇਬਸ ਨਹੀਂ ਹੁੰਦਾ, ਇਹ ਸਿਰਫ ਤੁਹਾਡੀ ਸੂਝਬੂਝ ਦੇ ਆਧਾਰਿਤ ਹੁੰਦਾ। ਉਸ ਤੋਂ ਬਾਅਦ ਸਮਾਸੀ ਸ਼ਬਦ, ਸਮਾਸੀ ਸ਼ਬਦ ਦੀ ਤੁਹਾਨੂੰ ਪਰਿਭਾਸ਼ਾ ਆਉਣੀ ਚਾਹੀਦੀ ਆ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ, ਇਹ ਵੀ ਕਿਸੇ ਵੀ ਜਿਹੜੀ ਹੈ ਕਿਤਾਬ ਦੇ ਵਿੱਚੋਂ ਆ ਸਕਦਾ। ਬਹੁ ਅਰਥਕ ਸ਼ਬਦ, ਇਹਨਾਂ ਦੀ ਵੀ ਕੋਈ ਲਿਮਿਟ ਨਹੀਂ ਹੈ। ਕਿਰਿਆ ਵਿਸ਼ੇਸ਼ਣ ਅਗਰ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਆ ਤਾਂ ਤੁਸੀਂ ਆਰਾਮ ਨਾਲ ਇਹਨੂੰ ਕਰ ਸਕਦੇ ਹੋ। ਅਗੇਤਰ ਅਤੇ ਪਿਛੇਤਰ ਠੀਕ ਉਸੇ ਪ੍ਰਕਾਰ ਰਹੇ ਨੇ। ਮੁਹਾਵਰੇ ਕੱਕੇ ਤੋਂ ਲੈ ਕੇ ਝੱਜੇ ਤੱਕ, ਇਸ ਚੀਜ਼ ਨੂੰ ਨੋਟ ਕਰਨਾ, ਕੱਕੇ ਤੋਂ ਝੱਜੇ ਤੱਕ ਜਿਹੜੇ ਮੁਹਾਵਰੇ ਨੇ ਉਹ ਤੁਹਾਡੇ ਇਸ ਵਾਰ ਦੇ ਸਿਲੇਬਸ ਵਿੱਚ ਨੇ। ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਲਿਖਣ ਕੌਸ਼ਲ ਦੇ ਵਿੱਚ ਲੇਖ ਰਚਨਾ ਠੀਕ ਉਸੇ ਪ੍ਰਕਾਰ ਹੈ। ਇਸ ਵਾਰ ਚੋਇਸ ਵੱਧ ਗਈ ਹੈ, 3 ਚੋਂ 2 1 ਕਰਨਾ ਹੈ, ਅੱਗੇ 2 ਚੋਂ 1 ਕਰਨਾ ਹੁੰਦਾ ਸੀ। ਫਿਰ ਚਿੱਠੀ ਪੱਤਰ ਹੈ, ਇਸ਼ਤਿਹਾਰ ਜਾਂ ਜਿਹੜਾ ਹੈਗਾ ਤਸਵੀਰ ਵਰਣਨ, ਇਹ ਇਹਨਾਂ 'ਚੋਂ ਤੁਸੀਂ 1 ਕਰਨਾ ਹੋਊਗਾ। ਅਤੇ ਇਹ ਤੁਹਾਡੇ ਜਿਹੜਾ ਹੈਗਾ ਗਰਾਮਰ ਦਾ ਸਿਲੇਬਸ ਹੈ। ਸੋ ਇਹ ਪੂਰਾ 80 ਨੰਬਰ ਦਾ ਸਿਲੇਬਸ ਹੈ ਜਿਹੜਾ ਤੁਸੀਂ ਕਰਨਾ ਹੈ। ਸੋ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਊਗੀ। ਅਗਰ ਕਿਸੇ ਵੀ ਵਿਦਿਆਰਥੀ ਨੂੰ ਕੁਛ ਪੁੱਛਣਾ ਹੋਵੇ, ਕੋਈ ਕਮੈਂਟ
ਦੇ ਵਿੱਚ ਤੁਸੀਂ ਪੁੱਛ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਹਰ ਇੱਕ ਲੈਸਨ ਨੂੰ ਐਕਸਪਲੇਨ ਕਰਕੇ ਦੱਸਾਂ ਤਾਂ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ। ਬਾਕੀ ਜਿਹੜਾ ਵੀ ਲੈਸਨ ਤੁਹਾਨੂੰ ਲੱਗਦਾ ਕਿ ਇਹ ਤੁਹਾਨੂੰ ਜ਼ਿਆਦਾ ਮਤਲਬ ਔਖਾ ਲੱਗਦਾ, ਉਹਨੂੰ ਸੌਖਾ ਕਰਕੇ ਤੁਸੀਂ ਸਮਝਣਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਦੱਸਿਓ। ਇਸ ਬਾਰੇ ਵੀ ਮੈਂ ਤੁਹਾਨੂੰ ਇੱਕ ਨਵੀਂ ਵੀਡੀਓ ਬਣਾਵਾਂਗੀ। ਬਾਕੀ ਇਸ ਤੋਂ ਬਾਅਦ ਵਿੱਚੋਂ ਮੈਂ ਇੱਕ ਜਿਹੜੀ ਹੈਗੀ ਆ ਕਹਾਣੀਆਂ 'ਤੇ ਵੀਡੀਓ ਬਣਾਉਣੀਆਂ ਸ਼ੁਰੂ ਕਰੂੰਗੀ, ਜਿਹਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਕਹਾਣੀਆਂ ਨੂੰ ਸੌਖੇ ਤਰੀਕੇ ਨਾਲ ਐਕਸਪਲੇਨ ਕਰੂੰਗੀ ਅਤੇ ਉਸ ਤੋਂ ਬਾਅਦ ਕਵਿਤਾਵਾਂ ਅਤੇ ਵਾਰਤਕ ਨੂੰ ਵੀ ਐਕਸਪਲੇਨ ਕਰਾਂਗੀ। ਅਤੇ ਬਾਕੀ ਮੈਨੂੰ ਤੁਹਾਡੇ ਹੰਗਾਰੇ ਦੀ ਜ਼ਰੂਰਤ ਹੈ। ਅਗਰ ਤੁਸੀਂ ਇਹਨਾਂ ਵੀਡੀਓਜ਼ ਨੂੰ ਲਾਈਕ ਕਰਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਵਿਸ਼ੇ 'ਤੇ ਮੈਂ ਵੀਡੀਓ ਬਣਾਵਾਂ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਲਿਖਿਓ। ਧੰਨਵਾਦ।